ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਰਿੰਦਰ ਮੁੰਡੀ ਅਤੇ ਤੁਸੀਂ ਦੇਖ ਰਹੇ ਹੋ ਯੂਕੇ ਟੀ ਵੀ ਉਦੋਂ ਕੇ ਅਤੇ ਮੈਂ ਅੱਜ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਸੌਂਗ ਲੈ ਕੇ ਆਇਆ ਜੋ ਕਿ ਕਲਮਬੱਧ ਕੀਤਾ ਹੈ ਮੇਰੇ ਪਿਆਰੇ ਦੋਸਤ ਕੈਂਥ ਰਾਈ ਮਾਜਰੇ ਨੇ। ਜ਼ਰਾ ਗੌਰ ਕਰਨਾ। ਹੋ ਕਈ ਸਾਲਾਂ ਦਾ ਪਿਆਰ ਸੀ ਸਾਡਾ, ਹੋਏ ਪੱਕਾ ਤੇ ਕਿਰਾਰ ਸੀ ਸਾਡਾ, ਅੱਖ ਲੱਗੀ ਨਾ ਦੋਵਾਂ ਦੀ, ਹਾਏ ਰੱਬਾ ਉਸੇ ਰਾਤ ਨੂੰ ਸਾਰੀ ਜ਼ਿੰਦਗੀ ਯਾਦ ਰੱਖੂਗੀ, ਉਹ ਪਹਿਲੀ ਮੁਲਾਕਾਤ ਨੂੰ ਸਾਰੀ ਜ਼ਿੰਦਗੀ ਯਾਦ ਰੱਖੂਗੀ, ਉਹ ਪਹਿਲੀ ਮੁਲਾਕਾਤ ਨੂੰ। ਸੰਗਦੇ ਦੋਵਾਂ ਨੇ ਕੁਝ ਗੱਲਾਂ ਕਰੀਆਂ ਸੀ, ਵਿਛੜ ਨਾ ਜਾਈਏ ਸੱਜਣਾ ਕਹਿ ਕੇ ਅੱਖੀਆਂ ਭਰੀਆਂ ਸੀ, ਦਿਲ ਦੇ ਵਿੱਚ ਲੁਕੋਈ ਬੈਠਾ ਵੇਲੇ ਦੀ ਪਰਬਾਤ ਨੂੰ ਸਾਰੀ ਜ਼ਿੰਦਗੀ ਯਾਦ ਰੱਖੂਗੀ, ਉਹ ਪਹਿਲੀ ਮੁਲਾਕਾਤ ਨੂੰ। ਦਿਲ ਮੇਰਾ ਵੀ ਡਰਦਾ ਸੀ ਕਿਤੇ ਉਹ ਨਾ ਰੁੱਸ ਜਾਵੇ, ਹੱਥਾਂ ਨੇ ਜੋ ਹੱਥ ਥਾਮਿਆ ਉਹ ਨਾ ਛੁੱਟ ਜਾਵੇ, ਬੜਾ ਰੋਕਿਆ ਦੋਹਾਂ ਨੇ ਹਾਏ ਇਸ਼ਕ ਦੇ ਜਜ਼ਬਾਤ ਨੂੰ ਸਾਰੀ ਜ਼ਿੰਦਗੀ ਯਾਦ ਰੱਖੂਗੀ, ਉਹ ਪਹਿਲੀ ਮੁਲਾਕਾਤ ਨੂੰ ਸਾਰੀ ਜ਼ਿੰਦਗੀ ਯਾਦ ਰੱਖੂਗੀ, ਉਹ ਪਹਿਲੀ ਮੁਲਾਕਾਤ ਨੂੰ। ਹੌਂਕੇ ਹੰਝੂ ਤਨਹਾਈਆਂ ਹੈ ਪੱਲੇ ਰਹਿ ਗਈਆਂ, ਰਾਈ ਮਾਜਰੇ ਵਾਲੇ ਨੂੰ ਤਾਂ ਮਹਿੰਗੀਆਂ ਪੈ ਗਈਆਂ। ਹੌਂਕੇ ਹੰਝੂ ਤਨਹਾਈਆਂ ਹੈ ਪੱਲੇ ਰਹਿ ਗਈਆਂ, ਰਾਈ ਮਾਜਰੇ ਵਾਲੇ ਨੂੰ ਤਾਂ ਮਹਿੰਗੀਆਂ ਪੈ ਗਈਆਂ। ਅੱਜ ਵੀ ਕੈਥੀ ਉਡੀਕ ਰਹੀ ਓ ਤੇਰੀ ਹੀ ਬਾਰਾਤ ਨੂੰ ਸਾਰੀ ਜ਼ਿੰਦਗੀ ਯਾਦ ਰੱਖੂਗੀ, ਉਹ ਪਹਿਲੀ ਮੁਲਾਕਾਤ ਨੂੰ ਸਾਰੀ ਜ਼ਿੰਦਗੀ ਯਾਦ ਰੱਖੂਗੀ, ਉਹ ਪਹਿਲੀ ਮੁਲਾਕਾਤ ਨੂੰ। ਸਤਿ ਸ਼੍ਰੀ ਅਕਾਲ ਜੀ, ਪਲੀਜ਼ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਯੂਕੇ ਟੀ ਵੀ ਉਦੋਕੇ। ਧੰਨਵਾਦ।